ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਗੁਰੂ ਰਵਿਦਾਸ ਚੈਰੀਟੇਬਲ ਹਸਪਤਾਲ ਨਵਾਂ ਸ਼ਹਿਰ ਬੰਗਾ ਰੋਡ ਤੇ ਪਿੰਡ ਥੰਦੀਆਂ ਵਿਖੇ ਵਿਵਾਦ ਚੱਲ ਰਿਹਾ ਸੀ। ਬੈਂਕ ਤੋਂ ਲਏ ਲੋਨ ਦੀਆਂ ਕਿਸ਼ਤਾਂ ਸਮੇਂ ਸਿਰ ਭੁਗਤਾਨ ਨਾ ਹੋਣ ਕਰਕੇ ਬੈਂਕ ਵੱਲੋਂ ਇਸ ਹਸਪਤਾਲ ਨੂੰ ਤਾਲੇ ਲਗਾ ਦਿੱਤੇ ਗਏ ਸੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜੱਸੀ ਤੱਲਣ ਪੰਜਾਬ ਪ੍ਰਧਾਨ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਨੇ ਦੱਸਿਆ ਕਿ ਇਸ ਟਰੱਸਟ ਵਿੱਚ 7 ਜਣੇ ਸੀ, ਉਹਨਾਂ ਸਾਰਿਆਂ ਨੇ ਅਸਤੀਫੇ ਦੇ ਦਿੱਤੇ ਅਤੇ ਟਰੱਸਟ ਭੰਗ ਕੀਤਾ ਗਿਆ ਅਤੇ ਉਸ ਟਰੱਸਟ ਨੂੰ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਨੂੰ ਦੇ ਦਿੱਤਾ। ਸੰਤ ਸਮਾਜ ਪੰਜਾਬ ਦੇ ਹਰ ਡੇਰੇ ਇਸ ਹਸਪਤਾਲ ਦੇ ਟਰੱਸਟੀ ਹੋਣਗੇ ਅਤੇ ਡੇਰਾ ਸੱਚਖੰਡ ਬੱਲਾ ਦੇ ਸੰਤਾਂ ਨੂੰ ਵੀ ਲਿਆ ਜਾਵੇਗਾ। ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ। ਜੈ ਗੁਰਦੇਵ, ਧੰਨ ਗੁਰਦੇਵ, ਜੈ ਭੀਮ, ਜੈ ਭਾਰਤ, ਜੈ ਵਾਲਮੀਕਿ, ਹਰ ਹਰ ਵਾਲਮੀਕਿ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕਾਫੀ ਚਿਰ ਤੋਂ ਜਿਹੜਾ 11 ਤਰੀਕ ਤੋਂ 11 ਜਨਵਰੀ ਤੋਂ ਜਿਹੜਾ ਵਿਵਾਦ ਚੱਲ ਰਿਹਾ ਸੀ ਸ੍ਰੀ ਗੁਰੂ ਰਵਿਦਾਸ ਚੈਰੀਟੇਬਲ ਹੋਸਪਿਟਲ ਪਿੰਡ ਥਾਂਦੀਆਂ ਵਿੱਚ, ਕਿਉਂਕਿ ਉਹ ਹੋਸਪਿਟਲ ਜਦੋਂ ਸੀਲ ਕੀਤਾ ਤੇ ਸਾਰੇ ਸਮੁੱਚੇ ਸਮਾਜ ਨੇ ਇਸਦਾ ਦੁੱਖ ਜਿਹੜਾ ਪ੍ਰਗਟਾਇਆ ਅਤੇ ਦੇਸ਼ਾਂ ਵਿਦੇਸ਼ਾਂ ਤੋਂ ਵੀ ਕਾਫੀ ਜਣਿਆਂ ਦਾ ਜਿਹੜਾ ਫੋਨ ਆਇਆ ਸੀ। ਸੋ ਉਸ ਤੋਂ ਬਾਅਦ ਆਪਾਂ ਸਾਰਿਆਂ ਨੂੰ ਇਹ ਅਪੀਲ ਕੀਤੀ ਸੀ ਸਾਡੇ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾ ਸੁਸਾਇਟੀ ਦੇ ਪੰਜਾਬ ਪ੍ਰਧਾਨ 108 ਸੰਤ ਗੁਰਵੰਤ ਰਾਮ ਜੀ ਡੇਰਾ ਪਰਮਜਰਾ ਅਤੇ ਸਾਡੇ ਖਜਾਂਚੀ ਸਾਹਿਬ ਸੰਤ ਜਸਵਿੰਦਰ ਸਿੰਘ ਜੀ ਡਾਂਡੀਆਂ ਤੇ ਹੋਰ ਸਾਰੇ ਜਿਹੜੇ NRI ਸਾਥੀ ਸਾਡੇ ਵੀਰ ਸਾਰੇ DO ਸਾਹਿਬ, ਡਾਕਟਰ ਰਾਜਕੁਮਾਰ ਜੀ, ਡਾਕਟਰ ਬਲ ਜੀ, ਡਾਕਟਰ ਨਾਮਦੇਵ ਜੀ ਸਾਰੇ ਜਿਹੜੇ ਪਹੁੰਚੇ ਆ। ਸੋ ਇਹਨਾਂ ਨੂੰ ਇਹ ਕਿਹਾ ਗਿਆ ਸੀ ਵੀ ਜਿਹੜਾ ਪਿੱਛੇ ਜੋ ਵੀ ਹੋਇਆ ਉਹਨੂੰ ਆਪਾਂ ਛੱਡ ਕੇ ਅਗਲਾ ਜਿਹੜਾ ਇੱਕ ਨਵਾਂ ਵਿਸਤਾਰ ਕਰੀਏ, ਹੋਸਪਿਟਲ ਵਧੀਆ ਢੰਗ ਨਾਲ ਚਲਾਈਏ, ਕਿਉਂਕਿ ਸੰਗਤਾਂ ਇਹ ਚਾਹੁੰਦੀਆਂ ਵੀ ਜਿਹੜਾ ਹਿਸਾਬ ਕਿਤਾਬ ਆ ਹਰ ਮਹੀਨੇ ਜਿਹੜਾ ਆਨਲਾਈਨ ਹੋਵੇ। ਇੱਕ ਜਿਹੜਾ ਯੂਟਿਊਬ ਦੇ ਉੱਪਰ ਚੈਨਲ ਬਣਾਵਾਂਗੇ, ਇਹਦਾ ਸਾਰਾ ਦੱਸਿਆ ਜਾਊਗਾ ਅਤੇ ਇਹਦੀ ਵੈਬਸਾਈਟ ਜਿਹੜੀ ਆ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਵੈਬਸਾਈਟ ਬਣਾਈ ਜਾਊਗੀ ਜਿਸ ਵਿੱਚ ਹਰ ਮਹੀਨੇ ਜਿਹੜਾ ਹਿਸਾਬ ਕਿਤਾਬ, ਜੋ ਲੈਣ ਦੇਣ ਆ, ਜੋ ਆਇਆ, ਜੋ ਗਿਆ, ਉਹ ਸਾਰਾ ਆਨਲਾਈਨ, ਜਿੰਨੇ ਵੀ ਦਾਨੀ ਸੱਜਣੇ ਆ, ਜਿੱਦਾਂ ਮਹਾਰਾਜ ਜੀ ਨੇ ਬੇਨਤੀ ਕੀਤੀ ਆ ਵੀ ਸਾਰੇ NRI ਵੀਰ ਹੁਣ ਜਿਹੜਾ ਇਹ ਫੈਸਲਾ ਹੋਇਆ ਵੀ ਜਿਹੜਾ ਐਗਰੀਮੈਂਟ ਹੈ ਤੁਹਾਡੇ ਸਾਹਮਣੇ ਕਾਪੀ ਜਿਹੜੀ ਆਪਣੇ ਕੋਲ ਆ, ਜਿਸ ਵਿੱਚ ਇਹਨਾਂ ਨੇ ਸਾਰਿਆਂ ਨੇ ਡਿਜ਼ਾਈਨ ਦੇ ਕੇ ਆਪਣੇ ਟਰੱਸਟੀਆਂ ਨੇ ਤੇ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਦਾ ਸੁਸਾਇਟੀ ਦੇ ਜਿਹੜੇ ਅਧੀਨ ਕਰਤਾ ਵੀ ਇਹ ਟਰੱਸਟ ਜਿਹੜਾ ਹੁਣ ਮਹਾਰਾਜ ਦੀ ਦੇਖ ਰੇਖ ਚੱਲਿਆ ਜਾਊਗਾ ਅਤੇ ਬਾਕੀ ਵੀ ਜਿਹੜੇ ਮਹਾਂਪੁਰਸ਼ ਸੰਤ ਸਮਾਜ ਆ ਜਦੋਂ ਟਰੱਸਟ ਬਣਾਵਾਂਗੇ ਮਹਾਰਾਜ ਵੀ ਹੈਗੇ ਆ, ਹੋਰ ਮਹਾਂਪੁਰਸ਼ਾਂ ਨੂੰ ਨਾਲ ਲੈ ਕੇ ਇੱਕ ਵਧੀਆ ਢੰਗ ਨਾਲ ਜਿਹੜਾ ਟਰੱਸਟ ਬਣ ਸਕੇ ਤਾਂ ਜੋ NRI ਸਾਥੀ ਜਿਹੜੇ ਆ ਉਹ ਵੀ ਉਸ ਕਮੇਟੀ ਦੇ ਵਿੱਚ ਲੈ ਜਾਊਂਗੇ ਅਤੇ ਛੇਤੀ ਹੀ ਜਿਹੜਾ ਇੱਕ ਖਾਤਾ ਆ ਅਕਾਊਂਟ ਨੰਬਰ ਜਨਤਕ ਜਿਹੜਾ ਕੀਤਾ ਜਾਊਂਗਾ ਤਾਂ ਜੋ ਹਰ ਬੰਦਾ ਉਸ ਅਕਾਊਂਟ ਵਿੱਚ ਪੈਸੇ ਪਾਵੇ ਅਤੇ ਹਰ ਇੱਕ ਬੰਦੇ ਦਾ ਨਾਮ ਜਿਹੜਾ ਹੈ ਉਹ ਜਨਤਕ ਕੀਤਾ ਜਾਊਂਗਾ, ਚਾਹੇ ਕਿਸੇ ਨੇ 5 ਦਿੱਤਾ, ਕਿਸੇ ਨੇ 1 ਲੱਖ ਦਿੱਤਾ, ਕਿਸੇ ਨੇ ਕੁਝ ਵੀ ਦਿੱਤਾ। ਸੋ ਆਪਾਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਵੀ ਅੱਗੇ ਤੋਂ ਜਦੋਂ ਕੋਈ ਵਿਵਾਦ ਪੈਂਦਾ ਤੇ ਆਪਣਾ ਸਮੁੱਚਾ ਸਮਾਜ ਇੱਦਾਂ ਰਲ ਮਿਲ ਕੇ, ਕਿਉਂਕਿ ਆਪਣੇ ਗੁਰੂਆਂ ਦੀ ਗੱਲ ਆ ਤੇ ਆਪਾਂ ਗੁਰੂਆਂ ਦੇ ਨਿਸ਼ਾਨ ਤੇ ਚੱਲਣਾ, ਉਹਨਾਂ ਦੇ ਪੁੰਨਿਆਂ ਤੇ ਆਪਣੇ ਗੁਰੂ ਦਾ ਨਾਮ ਜਿਹੜਾ ਬਦਨਾਮ, ਕਿਉਂਕਿ ਉਹਨਾਂ ਨੇ ਸਾਨੂੰ ਇੰਨੇ ਅਧਿਕਾਰ ਲੈ ਕੇ ਦਿੱਤੇ ਆ ਤੇ ਅੱਜ ਸਾਡਾ ਇਹ ਫਰਜ਼ ਬਣਦਾ ਵੀ ਅਸੀਂ ਆਪਣੇ ਗੁਰੂਆਂ ਦੀ ਜਿਹੜੀ ਬੇਅਦਬੀ ਆ ਉਹ ਨਾ ਹੋ ਸਕੇ। ਸੋ ਬੈਂਕ ਦੇ ਉੱਪਰ ਜਿਹੜਾ ਐਕਸ਼ਨ ਆ ਜਿਹਨਾਂ ਨੇ ਇਹ ਕਾਰਵਾਈ ਕੀਤੀ ਆ ਉਹ ਵੀ ਆਪਾਂ ਐਕਸ਼ਨ ਚੰਦ ਦਿਨਾਂ ਤੱਕ ਲਵਾਂਗੇ। ਸੋ ਅੱਜ ਜਿਹੜਾ ਸਾਰਿਆਂ ਨੂੰ ਅਪੀਲ ਆ ਵੀ ਸਾਡਾ ਜਿਹੜਾ ਆਪਸੀ ਫੈਸਲਾ ਜਿਹੜਾ ਉਹ ਹੋ ਗਿਆ ਆ, ਹੁਣ ਆਪਾਂ ਖਾਤਾ ਜਿਹੜਾ ਜਨਤਕ ਕਰਨਾ। ਸੋ ਸਾਰੇ ਮਹਾਂਪੁਰਸ਼ਾਂ ਨੂੰ NRI ਸਾਰਿਆਂ ਨੂੰ ਇਹ ਬੇਨਤੀ ਆ ਵੀ ਜਦੋਂ ਮਹਾਰਾਜ ਆਪਣਾ ਅਕਾਊਂਟ ਨੰਬਰ ਦੱਸਣਗੇ ਉਸੇ ਖਾਤੇ ਵਿੱਚ ਪਾਉਣਾ, ਕਿਸੇ ਨੂੰ ਪਰਸਨਲ ਆਪਾਂ ਕਿਸੇ ਦੇ ਨਿੱਜੀ ਖਾਤੇ ਵਿੱਚ ਨਾ ਦਈਏ, ਜਿਹੜਾ ਅਕਾਊਂਟ ਹੋਊਗਾ ਉਸ ਅਕਾਊਂਟ ਵਿੱਚ ਹੀ ਆਪਾਂ ਪੈਸੇ ਦਈਏ ਤਾਂ ਜੋ ਸਾਰਿਆਂ ਨੂੰ ਹਿਸਾਬ ਦਿੱਤਾ ਜਾਵੇ। ਸਾਰੇ ਸਾਰਿਆਂ ਨੂੰ ਜੈ ਗੁਰਦੇਵ, ਧੰਨ ਗੁਰਦੇਵ, ਜੈ ਭੀਮ, ਜੈ ਭਾਰਤ।